ਕਿੰਨਾ ਗੰਦ ਪਿਆ ਹੋਇਆ ਨਾ, ਇੱਕ ਆ ਬੱਕਰੀ ਜੀ ਰੱਖੀ ਹੋਈ ਹੈ, ਸਾਰੇ ਵਿਹੜੇ ਚ ਮੈਂਗਲਾ ਖਲਾਰਦੀ। ਸ਼ੁਕਰ ਤੈਨੂੰ ਵੀ ਝਾੜੂ ਯਾਦ ਆ ਗਿਆ ਹੈ। ਤੇ ਕੀ ਕਰਾਂ ਹੁਣ, ਗਾਂਜੂ ਇਤਨਾ ਪਿਆ ਹੋਇਆ, ਗਾਂਜੂ ਇਤਨਾ ਪਿਆ ਹੋਇਆ, ਕੋਈ ਰੋਟੀ ਦੇ ਹੀ ਕਰ ਲਿਆ। ਮੇਰੀ ਤਾਂ ਤੈਨੂੰ ਪਤਾ ਨਹੀਂ ਵੀ ਅੱਜ ਹੀ ਉਸ ਛੁੱਟੀ ਕੀਤੀ ਏ, ਤੇ ਮੈਂ ਉਹਨੂੰ ਕੋਈ ਰੋਟੀ ਪਾਣੀ ਤਾਂ ਦੇ ਲਾਉ। ਮੈਂ ਬਾਹਰ ਬਹਿ ਬਹਿ ਕੇ ਆ ਗਿਆ। ਰੋਟੀ ਪੱਕੀ ਪਈ ਏ, ਕੋਈ ਅੰਡਾ ਅੰਡਾ ਲਿਆ ਦੇ, ਮੈਂ ਬਣਾ ਕੇ ਦੇ ਛੱਡਾ। ਸਾਲਨ ਕੋਈ ਨੂੰ ਪੱਕਾ ਪਿਆ। ਠੀਕ ਏ, ਸਾਲਣ ਕੋਈ ਨਹੀਂ ਪੱਕਾ ਪਿਆ। ਸ਼ਾਮੀ ਮੈਂ ਤਾਂ ਕਿਲੋ ਗੋਸ਼ਤ ਆਂਦਾ, ਮੈਂ ਕਿ ਚਲੋ ਛੁੱਟੀ ਏ, ਸ਼ਾਮ ਨੂੰ ਬੱਚੇ ਖਾ ਲੈ ਸਨ, ਆਪ ਹੀ ਖਾ ਲਾ ਸਾਂ, ਤੇ ਸਵੇਰੇ ਨਾਸ਼ਤਾ ਵੀ ਹੋ ਗਿਆ ਸੀ। ਤੇ ਸਾਲਣ ਕਿਹਦੇ ਗਿਆ? ਜਿਹੜਾ ਰਾਤੀ ਪਕਾਇਆ ਹੀ ਆ, ਤੇ ਥੋੜਾ ਤੁਸਾਂ ਖਾ ਲਿਆ, ਤੇ ਦੂਆ ਗੁਆਂਢੀਆਂ ਮੰਗਿਆ ਉਹਨਾਂ ਨੂੰ ਚਾ ਦਿੱਤਾ, ਹੁਣ ਖਤਮ ਹੋ ਗਿਆ। ਕੋਈ ਅੰਡਾ ਲਿਆ ਨਾ, ਮੈਂ ਬਣਾ ਕੇ ਤੈਨੂੰ ਰੋਟੀ ਦੇ ਛੱਡ ਦੇ। ਅੱਛਾ, ਤੈਨੂੰ ਇਹ ਖਿਆਲ ਨਹੀਂ ਆਇਆ ਬਸ ਸਵੇਰੇ ਆਪ ਹੀ ਨਾਸ਼ਤਾ ਕਰਨਾ, ਜਿਹੜੀ ਚੀਜ਼ ਆਵੇ ਕੋਈ ਗੁਆਂਢੀ ਆਵੇ, ਤੂੰ ਬੜੀ ਖੁਦਾ ਤਰਸ ਬਣੀ ਹੋਈ ਹੈ। ਤਾਂ ਹੁਣ ਕੀ ਆ ਗਿਆ ਜੇ ਲੈ ਗਏ ਤਾਂ? ਅੱਛਾ ਝਾੜੂ ਨਾ ਦੇ, ਇਹਨਾਂ 2 ਮਿੰਟ ਆ ਕੇ ਬਹਿ ਲਓ, ਮੇਰੇ ਤੇ ਧੂੜ ਆਂਦੀ ਪਈ ਹੈ। ਆ ਜਾ ਇੱਥੇ, ਮੇਰੇ ਸਾਹਮਣੇ ਕੰਮ ਨੂੰ ਸ਼ੁਰੂ ਹੋਵੇ ਨਹੀਂ, ਮੈਂ ਘਰਾਂ ਦੇ ਵਿੱਚ ਬੜੀ ਕੰਮ ਤੇ ਕਰੂੰਗਾ, ਹਰ ਕੋਈ ਆਖੇ ਮੈਂ ਫਰਜ਼ਾਨਾ ਬੜੇ ਕੰਮ ਕਰ ਲੈਂਦੀ। ਤੇ ਕਰਨਾ ਤਾਂ ਹੋਇਆ, ਹੁਣ ਜਿਹੜੀ ਆ ਗੰਦ ਪੈ ਖਲੋ, ਤੇ ਤੇਰੀ ਭੈਣ ਨੂੰ ਤਾਂ ਖਿਆਲ ਕੋਈ ਨਹੀਂ, ਕੋਈ ਬੋਕਰ ਦੇ ਛੱਡਾ। ਚੁੱਪ ਕਰ ਫਰਜ਼ਾਨਾ, ਮੇਰੀ ਭੈਣ ਦਾ ਨਾਂ ਨਾ ਲਵੀ, ਮੇਰੀ ਭੈਣ ਤੇਰੇ ਘਰੋਂ ਕੋਈ ਨਹੀਂ ਖਾਂਦੀ ਰਾਂਦੀ। ਚਲੋ ਆਪਣੇ ਘਰ ਖਾਂਦੀ ਹੈ ਨਾ, ਮੈਂ ਇਹ ਨਹੀਂ ਕਹਿੰਦੀ ਮੈਂ ਲਿਆ ਕੇ ਦਿੰਦੀ, ਤੁਸੀਂ ਲਿਆ ਕੇ ਦਿੰਦੇ ਹੋ ਖਾਂਦੀ ਹੈ, ਲੇਕਿਨ ਚਲੋ ਕੰਮ ਤੇ ਕੀਤੇ ਕਰਨ, ਜਦੋਂ ਹੁੰਦੀ ਆ ਬਾਹਰ ਨਿਕਲੀ ਹੁੰਦੀ ਹੈ। ਐ ਮਿੱਠੀ ਮਿੱਠੀ ਕਰਕੇ ਨਾ ਲਾਈ ਨਾ ਕਰ, ਮੈਨੂੰ ਸਾਰੀ ਸਮਝ ਆਉਂਦੀ ਹੈ। ਆਪਣੇ ਤੇਰੇ ਪੇਕਿਆਂ ਦਾ ਨਾਂ ਆਵੇ ਜਾਂ ਤੇਰੀ ਭੈਣ ਦਾ ਨਾਂ ਆਵੇ ਨਾ, ਤੂੰ ਉਸ ਟਾਈਮ ਮੇਰੀ ਜ਼ਬਾਨ ਰੋਕ ਛੱਡ ਦੇ। ਤੂੰ ਸਹੀ ਕਰਦੀਆਂ ਨਾ? ਹਾਂ ਸਹੀ ਕਰਦੀਆਂ ਨਾ, ਆਪਣਿਆਂ ਤੇ ਬੜੀ ਛਿੱਕ ਲੱਗਦੀ, ਤੇ ਮੇਰੇ 2 ਪਿਆਰੇ, ਮੇਰੇ ਕੋਈ ਨਹੀਂ ਆਪਣੇ। ਮੈਨੂੰ ਇਹ ਦੱਸ, ਤੇਰੀ ਭੈਣ ਨੂੰ ਜਵਾਨ ਹੋ ਗਈ ਹੈ, ਕੋਈ ਉਹਦਾ ਸੋਚਿਆ ਹੈ? ਉਹ ਮੈਂ ਸੋਚਣਾ ਫਰਜ਼ਾਨਾ, ਤੂੰ ਨਹੀਂ ਸੋਚਣਾ, ਉਹ ਮੇਰੀ ਸਿਰ ਤੇ ਜ਼ਿੰਮੇਵਾਰੀ ਹੈ। ਮੇਰੀ ਭੈਣ ਦਾ ਅੱਜ ਤੱਕ ਤੈਨੂੰ ਕੋਈ ਗਿੱਲਾ ਆਇਆ? ਗਿੱਲਾ ਨਹੀਂ ਆਇਆ, ਤੇ ਆ ਜਾਣਾ ਹੀ। ਆ ਜਾਣਾ ਹੀ ਆ, ਕੀ ਉਹਦੀ ਸ਼ਿਕਾਇਤ ਹੈ ਦੱਸ ਤੂੰ? ਸ਼ਿਕਾਇਤ ਕੋਈ ਨਹੀਂ ਆਈ, ਠੀਕ ਹੈ ਨਾ? ਜਵਾਨ ਜਦੋਂ ਤੀ ਘਰ ਚ ਹੋਵੇ ਨਾ, ਤੇ ਹਰ ਕੋਈ ਆਖਦੇ ਨਾ ਵੇਖੋ ਜਵਾਨ ਭੈਣ ਦਾ ਭਰਾ ਟੁਰਿਆ ਜਾਂਦਾ। ਹਾਂ ਤੇ ਟੁਰਿਆ ਜਾਂਦਾ ਸਾਰੇ ਵਿਆਹ ਛੱਡ ਤੇ ਕੋਈ ਵੇਖ ਚਾ ਕੇ ਵਿਆਹਣਾ ਹੈ ਨਾ, ਇੰਜ ਹੀ ਉਹਦੀ ਬਾਂਹ ਫੜਾ ਕੇ ਦੇ ਦੇਣੀ, ਉਹਨੂੰ ਘਰੋਂ ਕੱਢ ਦੇਣਾ। ਮੈਂ ਆਪਣੀ ਭੈਣ ਦਾ ਅੱਛੀ ਜਾਤ ਰਿਸ਼ਤਾ ਕਰੇ ਸਾਂ, ਜਿੱਥੇ ਕੋਈ ਨੌਕਰੀ ਚਾਕਰੀ ਆ ਲਓ ਸੀ, ਬੈਂਕ ਮੁਲਾਜ਼ਮ ਹੋ ਸੀ ਜਾਂ ਕੋਈ ਅੱਛੀ ਨੌਕਰੀ ਵਾਲੇ, ਹਮੇਸ਼ਾ ਦੀ ਭੈਣ ਦਾ ਜਦੋਂ ਵੀ ਰਿਸ਼ਤਾ ਕਰੋ ਨਾ, ਉਹਨੂੰ ਵੇਖ ਚਾ ਕੇ ਕਰੋ ਤਾਂ ਕਿ ਉਹਦੀ ਜ਼ਿੰਦਗੀ ਆਸਾਨੀ ਨਾਲ ਗੁਜ਼ਰੇ। ਦਿੱਤੇ ਤੈਨੂੰ ਮੈਂ ਜਦੋਂ ਵੀ ਕੋਈ ਗੱਲ ਕਰਨੀ ਆ ਨਾ, ਤੇ ਤੈਨੂੰ ਗੁੱਸਾ ਲੱਗਦਾ। ਗੁੱਸਾ ਨਹੀਂ ਕਰ, ਮੈਨੂੰ ਵੀ ਤੂੰ ਵਿਆਹ ਕੇ ਲਿਆਂਦਾ ਹੋਇਆ, ਤੈਨੂੰ ਭੈਣ ਦਾ ਇੰਨਾ ਦੁੱਖ ਆਂਦਾ, ਮੇਰਾ ਕਦੀ ਨੂੰ ਆਇਆ? ਉਹ ਤੈਨੂੰ ਤਾਂ ਮੈਂ ਵਿਆਹ ਕੇ ਲੈ ਆਂਦਾ, ਜੇ ਤੈਨੂੰ ਮੈਂ ਕਿਸੇ ਚੀਜ਼ ਦੀ ਕਮੀ ਦਿੱਤੀ ਤਾਂ ਤੂੰ ਤਾਂ ਦੱਸ, ਕੱਪੜਾ ਜੁੱਤੀ ਹਰ ਚੀਜ਼ ਮੈਂ ਤੈਨੂੰ ਟਾਈਮ ਤੇ ਦੇਣਾ, ਤੂੰ ਮੇਰੀ ਭੈਣ ਦੇ ਖੋਰੀ ਕਿਉਂ? ਉਹਦਾ ਮੈਂ ਵਿਆਹ ਕਰਾਵਾਂ ਜਾਂ ਨਾ ਕਰਾਵਾਂ, ਉਹ ਮੇਰੀ ਮਰਜ਼ੀ ਹੈ, ਤੇਰੀ ਮਰਜ਼ੀ ਨਹੀਂ ਹੈ। ਮਾਂ ਪਿਓ ਮਰ ਗਿਆ ਨਾ, ਤੂੰ ਮੈਨੂੰ ਸੌਂਪ ਕੇ ਗਿਆ, ਮੈਂ ਰਾਤ ਦਿਨ ਉਹਦੀ ਟੈਨਸ਼ਨ ਰਹਿੰਦੀ, ਲੇਕਿਨ ਮੈਂ ਇੰਜ ਬਾਂ ਕਿਸੇ ਦੇ ਹੱਥੇ ਨਹੀਂ ਫੜਾ ਦੇਣੀ, ਉਹ ਮੇਰੀ ਜ਼ਿੰਮੇਵਾਰੀ ਹੈ ਨਾ। ਅਗਰ ਮੈਨੂੰ ਦੁੱਖ ਕੋਈ ਨਹੀਂ, ਉਹ ਦੁੱਖ ਬਈ ਤੈਨੂੰ ਕੋਈ ਮਿਹਨਤ ਦੇਵੇ, ਤੇਰੀ ਭੈਣ ਨੂੰ ਕੋਈ ਮਿਹਨਤ ਦੇਵੇ, ਮੈਨੂੰ ਦੁੱਖ ਕੋਈ ਨਹੀਂ ਆਉਂਦਾ, ਮੈਂ ਉਹਦੀ ਕੁਛ ਨਹੀਂ ਲੱਗਦੀ ਆ। ਅਜੇ ਤੱਕ ਤਾਂ ਮਿਹਣਾ ਆਇਆ ਕੋਈ ਨਹੀਂ, ਤੇ ਅੱਲਾ ਕਰੇ ਸੀ ਕਿ ਮੇਰੀ ਭੈਣ ਐਸੀ ਹੈ ਹੀ ਨਹੀਂ ਕਿ ਜਿਹਦਾ ਕੋਈ ਮਿਹਣਾ ਮਾਰੇ। ਮੇਰੀ ਭੈਣ ਜਿਹੜੀ ਹੈ ਬੜੀ ਸਮਝਦਾਰ ਹੈ, ਪੂਰੇ ਥੇ ਵਾਲੇ ਉਹਦੇ ਗੱਲਾਂ ਕਰਦੇ, ਤੇਰੀ ਭੈਣ ਜੀ ਹੋਣਾ ਹੀ ਕੋਈ ਨਹੀਂ। ਉਹ ਜਵਾਨ ਵੀ ਹੈ ਨਾ, ਅੱਜ ਤੱਕ ਕਿਸੇ ਦੇ ਘਰੋਂ ਫਜ਼ੂਲ ਨਹੀਂ ਗਈ, ਨਾ ਹੀ ਫਜ਼ੂਲ ਜਾ ਕੇ ਬੈਠੀ ਕਿਸੇ ਦੇ ਘਰ। ਸਹੀ ਹੈ, ਮੇਰਾ ਹੀ ਗੁੱਸਾ ਤੈਨੂੰ ਲੱਗਦਾ ਹੈ? ਕੀ ਹੋ ਗਿਆ ਹੈ ਭਾਈ ਜਾਨ, ਕਿਉਂ ਲੱਗਦੇ ਆ ਗਈ ਆਈ ਫੇਰ ਡਰ ਕੇ ਬਾਹਰੋਂ? ਕੀ ਹੋ ਗਿਆ ਭਾਈ ਜਾਈ, ਤੈਨੂੰ ਕਿਤਨੀ ਵਾਰੀ ਆਖਿਆ ਵੀ ਬੂਹੇ ਤੂੰ ਬਾਹਰ, ਤੇਰੀ ਬਾਹਰ ਨਾ ਨਿਕਲੇ, ਬਾਹਰ ਬੰਦੇ ਖਲੋ ਕੇ। ਅੱਛਾ ਮੇਰੀ ਆਵਾਜ਼ ਬੂਹੇ ਬਾਹਰ ਨਾ ਨਿਕਲਾ, ਤੂੰ ਨਿਕਲਦੀ ਰਵੇਂ, ਉਹ ਸਹੀ ਹੈ। ਬਸ ਕਰ ਫਰਜ਼ਾਨਾ ਬਸ ਕਰ, ਹੁਣ ਕੰਮ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਜਾਣੇ। ਅੱਛਾ ਭਾਈ ਆਪਸ ਇਹਨਾਂ ਨਾਰਾਜ਼ ਹੋ, ਕੋਈ ਗੱਲ ਨਹੀਂ ਹੈ। ਪਰ ਕਦੀ ਨਹੀਂ ਆਖਿਆ ਭਰਜਾਈ ਤੂੰ ਇਹ ਤੇਰੀ ਨਹੀਂ ਠੀਕ, ਮੈਂ ਬੋਕਰ ਦੇ ਲਾਂ ਜਾਂ ਭਾਂਡੇ ਤੋਲਾ, ਮੇਕਅਪ ਕਰਨਾ ਤੇ ਬਾਹਰ ਨਿਕਲ ਜਾਣਾ, ਬਿਰਾ ਸਾਹਿਬ ਨੂੰ ਗੱਲ ਕਰਨੀ, ਅੱਗੋਂ ਉਹਨੂੰ ਗੁੱਸਾ ਲੱਗ ਜਾਂਦਾ ਗੱਲ ਦਾ। ਅੱਗੇ ਸਾਰਾ ਘਰ ਦਾ ਕੰਮ ਮੈਂ ਹੀ ਕਰਦੀ, ਜੇ ਆਈ ਗਲਤੀ ਨਾਲ ਤੂੰ ਝਾੜੂ ਫਾੜ ਹੀ ਲਿਆ ਨਾ, ਤੇ ਤੂੰ ਐਂ ਹੀ ਸਮਝਦੀ ਪਈ ਕਿ ਮੈਂ ਕੋਈ ਪਹਾੜ ਢਾ ਲਿਆ। ਐਂ ਘਰ ਦੇ ਗੁਜ਼ਾਰੇ ਨਹੀਂ ਹੁੰਦੇ। ਛੱਡਣਾ ਛੱਡ ਸਹੋਲੇ, ਜੇ ਲਈ ਮੈਂ ਘਰ ਆਵਾਂ ਨਾ ਜੇ ਤੁਸੀਂ ਘਰ ਆਵੋ, ਮੈਂ ਵੀ ਹੋਈ ਵਹਿਨੀ ਆ, ਤੁਸੀਂ ਆਪਸ ਹੈ ਮੇਰੀ ਵਜ੍ਹਾ ਤੋਂ ਲੜਦੇ ਹੋ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਆਪਸ ਹੈ ਮੇਰੀ ਵਜ੍ਹਾ ਤੋਂ ਖੱਪੇ ਕਰੋ। ਤੇ ਤੇਰੀ ਵਜ੍ਹਾ ਤੋਂ ਲੜਾਈ ਹੁੰਦੀ, ਤੂੰ ਵੀ ਘਰ ਆਪਣਾ ਟੇਕ ਕੇ ਵਿਆਹ ਕਰ। ਮੈਂ ਉਹ ਸਹੇਲੀਆਂ ਕੋ ਨਾ ਜਾਵਾਂ ਇੱਕੋ ਜਿਹੜੀਆਂ ਕੋ, ਤੂੰ ਤਾਂ ਮੇਰੇ ਨਾਲ ਗੱਲ ਨੂੰ ਕਰਦੀ ਮਿੱਠੀ ਜ਼ਬਾਨ ਨਾਲ, ਜੈਸੇ ਵੇਖੋ ਮੱਥੇ ਤੇ ਤੇਰੇ ਹੁੰਦੀ ਹੈ ਤੇਲ ਪਈ ਹੋਈ, ਆਏ ਵੇਲੇ ਵੱਟ ਪਾਈ ਰੱਖਦੀ ਹੈ। ਕਦੀ ਆਖਿਆ ਵੀ ਮੇਰੀ ਨਿੱਕੀ ਨਿਨਾਹ ਹੈ ਜਾਂ ਮੇਰੀ ਚਲੋ ਬਹਿ ਵੇ, ਤੇ ਮੈਂ ਇਹਦੇ ਨਾਲ ਦੁੱਖ ਸੁੱਖ ਵੰਡ ਲਵਾਂ। ਫਰਜ਼ਾਨਾ ਸਾਡੇ ਕੋਲ 4 ਦਿਨਾਂ ਦੀ ਮਹਿਮਾਨ ਹੈ, ਇਹ ਸਾਰੀ ਜ਼ਿੰਦਗੀ ਸਾਡੇ ਕੋਲ ਕੋਈ ਨਹੀਂ ਰਹਿਣਾ।
लेकिन जो शादी हो सी ना ये कदी भी ना सोचे सी कि मैं अपने बिरा दे बुए जावा सिर्फ तेरे चल दिया सही है मेरे चल दिया इन्हें नहीं आना है ना तेरा बुए ते अच्छा तू सी ना आना हो मैं त्या के लिया दे वो काशा मैं तो बयां के ना मैं लिया देना भाई जाए तू भी ना आई वेले नाराज होंदी रही का मैं तेरे ना कदी कोई ज्यादती तो नहीं कीती क्यों तू आई वेले भाई नहीं कीती है ना तेरी वजह तू कार तमाशा लगा रहंदा ठीक है ना अच्छा मेरी सोई भर जाई ना कावई का क्यों आई वेले कावई दिए मैं एक दिन तेरे को लौट जाया तेनू मैं याद उसकी मेरी निक्की भैन का सुन ना गा सुन तू मेरी निक्की भैन है ना ते करू बार ना कदा कुतिया कर कोई गाल आवे तो मैनू बह के दसी ठीक है ना मेरे तू कोई लुका ना पा तू एन चोरी चोरी बाहर निकलनी है मैनू भी तेरे शक ते जा डाउट हुंदे रहंदे अच्छा जे भी गाल भी होई तेनू दस के निकल सा बस भाई जान ना लड़ाई खत्म कर दे अपन चलो ठीक है कर लेने जा अपना काम कर तू ना ना कट या वेख दिते मैं तो कट के रहना इन मैं घर च रहन नू देवना ਕਿੱਡਾ ਚੰਗਾ ਸਾਡਾ ਪਿੰਡ ਹੁੰਦਾ ਏ ਤੇ ਕਿੱਡਾ ਸੋਹਣਾ ਹੁੰਦਾ ਏ ਕੀ ਸਾਡੇ ਪਿੰਡ ਦਾ ਹਾਲਾਤ ਹੋ ਗਿਆ ਹੈ ਜਦੋਂ ਕਨੇ ਮਾਂ ਪਿਓ ਵੱਗ ਗਏ ਇਕੱਲੇ ਰਹਿ ਗਏ ਮੁੜ ਬਹਿਣ ਆਏ ਉਹਨੂੰ ਪਰ ਨਾ ਛੱਡਿਆ ਉਹ ਵੱਗ ਗਈ ਆਪਣੇ ਘਰ ਚਲੋ ਕਮ ਸੇ ਕਮ ਰੋਟੀ ਤਾਂ ਪਕਾ ਕੇ ਦਿੰਦੀ ਆਏ ਮੈਨੂੰ ਇੱਕ ਦਿਲਾਂ ਦਾ ਵੱਗ ਜਾਵਾਂ ਦੋ ਦਿਲਾਂ ਦਾ ਪਹਿਲੇ ਫੋਨ ਕਰਾਂ ਚਲੋ ਫੋਨ ਕਰੇ ਨਾ ਕਿਵੇਂ ਮਨ ਲਗਾ ਹੈਲੋ ਹੈਲੋ ਅਸਲਾਮ ਅਲੈਕੁਮ ਬਾਜੀ ਵਾਲੇਕੁਮ ਅਸਲਾਮ ਬਾਜੀ ਕੀ ਹਾਲ ਹੈ ਠੀਕ ਹੋ ਠੀਕ ਠਾਕ ਅੱਲਾ ਦਾ ਸ਼ੁਕਰ ਹੈ ਮੇਰਾ ਬਿਆਹ ਤੇ ਸੁਣਾ ਬਸ ਠੀਕ ਅੱਲਾ ਦਾ ਸ਼ੁਕਰ ਹੈ ਮੈਂ ਪਿੰਡ ਆਇਆ ਬੈਠਾ ਹਾਂ ਘਰ ਬੈਠਾ ਹਾਂ ਤੇ ਮੈਂ ਆ ਕੇ ਬਾਜੀ ਉਹਨਾਂ ਨਾਲ ਰਾਬਤਾ ਕਰਕੇ ਤੇ ਵਗ ਵੈਨਾ ਯਾ ਜਾ ਤੈਨੂੰ ਕਿਸੇ ਡੱਕੇ ਆਈ ਮੋੜੋ ਮੇਰਾ ਬਣਵਾਇਆ ਸਾਹ ਮੈਨੂੰ ਕੋ ਜਖੇ ਸੀ ਤੇ ਨਾ ਉਹਦੀ ਜ਼ਰੂਰਤ ਹੈ ਭਾਬੀ ਤੈਨੂੰ ਡੱਕੇ ਨਹੀਂ ਮੋੜ ਵੀ ਦੱਸ ਕੇ ਆਉਣਾ ਚੰਗਾ ਹੁੰਦਾ ਚਲ ਤੂੰ ਨਾਨੂੰ ਦੱਸ ਲਾ ਸਾਰੇ ਘਰ ਦੇ ਨਹੀਂ ਨਹੀਂ ਤੂੰ ਆ ਜਾ ਤੈਨੂੰ ਕੋਈ ਨਹੀਂ ਡੱਕਦਾ ਹੈਗਾ ਤੂੰ ਮੇਰਾ ਬਿਰਾ ਮੈਂ ਉਹਦੇ ਸਾਰੇ ਟੱਬਰ ਨੂੰ ਖਵਾਉਣ ਲਈ ਆ ਪੀ ਬਲ ਕਈ ਨਹੀਂ ਪਾਈ ਹੈ ਤਾਂ ਤੂੰ ਤੇਰੇ ਵਾਸਤੇ ਗੱਲਾਂ ਕਰੇਗਾ ਤੂੰ ਬਾਹਰ ਆ ਨਹੀਂ 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 ਆਖਿੰਦਾ ਮੇਰੀ ਭੈਣ ਨੂੰ ਆਖਰ ਤੇ ਸਾਰੀ ਜ਼ਿੰਦਗੀ ਦਾ ਤੇਰਾ ਸਾਥੀ ਹੈ ਉਹ ਸਾਥੀ ਹੈ ਵਾ ਨਾ ਮੇਰਾ ਬਿਰਾ ਤੈਨੂੰ ਕੋਈ ਨਹੀਂ ਡੱਕਦਾ ਤੂੰ ਬਾਹਰ ਆ ਗਾ ਠੀਕ ਹੈ ਉਹ ਚਲੋ ਮੈਨੂੰ ਡੱਕ ਵੀ ਛੱਡਣ ਤੇ ਕੋਈ ਨਹੀਂ ਮੈਂ ਤਾਂ ਮੋੜੀ ਪਿਛਾ ਕਰਾਚੀ ਵਗਵਾਈ ਸਾ ਲੇਕਿਨ ਉਹੀ ਗੱਲ ਨਾ ਕੀਤੀ ਘਰੋਂ ਮੋੜ ਵੀ ਤੇਰਾ ਸਾਰੀ ਜ਼ਿੰਦਗੀ ਉਮਰ ਉਹਨੇ ਤੇਰੇ ਨਾਲ ਨਿਭਾਉਣੀ ਹੈ ਸਾਰੀ ਜ਼ਿੰਦਗੀ ਤੋਂ ਉਹਨਾਂ ਨਿਭਾਉਣੀ ਹੈ ਚਲ ਆ ਸੋਈ ਨਾ ਤੇਰੇ ਨਾਲ ਮੈਨੂੰ ਕੰਮ ਹੋਈ ਹੈ ਅੱਛਾ ਮੈਂ ਆ ਜਾਂਦਾ ਚਲੋ ਹੁਣ ਬਹਿਣ ਨੇ ਤਾਂ ਆਖਿਆ ਵਗ ਗਈ ਮੈਂ ਵੇਖ ਕਿੰਨਾ ਗੰਦ ਹੇਠਾਂ ਪਿਆ ਹੁੰਦਾ ਖੁੰਝਦਾ ਵੀ ਕੋਈ ਨਹੀਂ ਹੈ ਮਾਲ ਦੇ ਹੇਠਾਂ ਕੀ ਕਰਾਂ ਮੈਂ ਅੱਛਾ ਇੱਕ ਗੱਲ ਕਰ ਕੰਮ ਕਰਦੀ ਹਾਂ ਜਿਹੜਾ ਨਾ ਮੁਕੱਦਸ ਇਹਦਾ ਬਿਰਾ ਬੜੀਆਂ ਹੁਣ ਚੜਾ ਮਾਰਦਾ ਨਾ ਮੇਰੇ ਉੱਤੇ ਇਹਦਾ ਤਾਂ ਮੈਂ ਹੁਣ ਕੰਮ ਕਾਰ ਕਰਕੇ ਰਹਾਂ ਕਹਿੰਦਾ ਮੇਰੀ ਭੈਣ ਹੀ ਉਹ ਜੀ ਨਾ ਇਹਨੂੰ ਹੁਣ ਮੈਂ ਕਰਕੇ ਵੀ ਖਾਈ ਸਾਂ ਮੇਰਾ ਬਿਰਾ ਆਉਂਦਾ ਪਿਆ ਅਤੇ ਮੈਂ ਹੁਣ ਕਿਵੇਂ ਮੁਕੱਦਸ ਦੇ ਜ਼ਿਹਨ ਥੋੜ੍ਹਾ ਖਰਾਬ ਕਰਕੇ ਇਹਨੂੰ ਆਪਣੇ ਬਿਰਾ ਦੇ ਪਿੱਛੇ ਲਾਵਾਂ ਅਤੇ ਇਹਦੇ ਬਿਰਾ ਨੂੰ ਦੱਸਾਂ ਮੈਨੂੰ ਮਿਹਨਤ ਕਿਵੇਂ ਤੂੰ ਦਿੰਦਾ ਰਿਹਾ ਮੈਂ ਕੋਈ ਗੰਦੀਆਂ ਜਾਂ ਲੁੱਚੀਆਂ ਮੂੰਹ ਵੀ ਮੈਨੂੰ ਲਿਆ ਕੇ ਮਿਹਨਤ ਦਿੱਤੀ ਰੱਖਿਆ ਵੀ ਮੇਰੀ ਭੈਣ ਹੀ ਹੋ ਜੀ ਅਤੇ ਮੇਰੀ ਭੈਣ ਹੀ ਹੋ ਜੀ ਹੁਣ ਸਿਰ ਚੁੱਕ ਕੇ ਵੀ ਨਾ ਟੁਰੇਗਾ ਦਿੱਤਾ ਸਾਹਿਬ ਠੀਕ ਹੈ ਨਾ ਅਤੇ ਇਹਦੇ ਨਾਲ ਤਾਂ ਮੈਂ ਕਰਦੀ ਪਹਿਲਾਂ ਮੈਂ ਕੰਮ ਬਾਅਦ ਵਿੱਚ ਕਰ ਲਈ ਸਾਂ ਪਹਿਲਾਂ ਮੈਂ ਜਾ ਕੇ ਨਾ ਮੁਕੱਦਸ ਨੂੰ ਕਿਵੇਂ ਬੁਲਾਵੇ 'ਚ ਲੈ ਆਵਾਂ ਜਲਦੀ ਜਲਦੀ ਤਵਾ ਦਾਲ ਲਵਾਂ ਪਿਆਂ ਦਾ ਹੀ ਭਾਈ ਭਾਈ ਮੈਂ ਜਾਵਾਂ ਫੈਸਲਾ ਬਾਅਦ ਹੋ ਖੈਰ ਨਾਲ ਪਤਾ ਨਹੀਂ ਕੀ ਕਰਦੀ ਪਈ ਹੈ ਭਾਈ ਦਿੱਤਾ ਆ ਗਿਆ ਰੋਟੀ ਜਲਦੀ ਜਲਦੀ ਪਕਾ ਮੈਂ ਫੈਸਲਾ ਬਾਅਦ ਜਾਊਂਗਾ ਦੇਖ ਮੈਨੂੰ ਦੱਸ ਕਿੱਡੇ ਸੋਹਣੇ ਤੇਰੇ ਹੱਥ ਹਨ ਕਿਉਂ ਤੂੰ ਅੱਗ ਦੇ ਵਿੱਚ ਕਾਲਿਆ ਕਰੂੰਗਾ ਕਿੱਡੀ ਸੋਹਣੀ ਲੱਗਦੀ ਹੈ ਤੂੰ ਮੈਨੂੰ ਪਤਾ ਹੀ ਨਾ ਮੈਂ ਆਪੀ ਪਕਾ ਲੈਂਦੀ ਹਾਂ ਤੂੰ ਰਹਿਣ ਦੇ ਸੋਹਣਿਆ ਵੇਖ ਚਿੱਟੇ ਚਿੱਟੇ ਹੱਥ ਸਾਡੇ ਤਾਂ ਵੇਖ ਚਲੋ ਕਾਲੇ ਹੋ ਗਏ ਤੂੰ ਦੇ ਵੇ ਮੈਂ ਤਾਂ ਵੇਂਦੀ ਪਈ ਹਾਂ ਵੀ ਅੱਜ ਦੇ ਚਲਿਆ ਕਿ ਦੂਏ ਤੇ ਲਾਂਦਾ ਕਿਦੇ ਪਿਆ ਅੱਜ ਮੇਰੀ ਵਜਾਈ ਮੇਰੀਆਂ ਤਾਰੀਫਾਂ ਤੂੰ ਮੈਨੂੰ ਬਹੁਤ ਚੰਗੀ ਲੱਗਣੀ ਹੈ ਹੈਂ ਪਹਿਲੇ ਵੀ ਚੰਗੀ ਲੱਗਦੀ ਸੀ ਸਿਰਫ ਤੇਰੇ ਬਿਰਾ ਦੀ ਵਜ੍ਹਾ ਤੋਂ ਨਾ ਮੇਰਾ ਦਿਮਾਗ ਘੁੰਮ ਜਾਂਦਾ ਹੈ
नहीं आज प्यार अंदा बैठा है क्यों प्यारी लगती पई है तैनू आज प्यारी पता क्यों लगती पई है जेड़ा मेरा बिरहा नु हसद हां तैनू बहुत पसंद करदा ओने त मेनू आज फोन ते गाल दसी है तैनू किवे पता लगा भी ओ मेनू पसंद करदा ओ बहुत पसंद करदा ही तैनू ओ अंदा पिया ठीक है ना ओ कांदा पिया मेरी शादी दी किवे ना गाल च कलाम मुकद्दस नाल मेनू मुकद्दस बहुत पसंद है तू मेरी भरजाई है तो मेनू चंगी कोई नु लगनी अच्छा हां तो मेरे वास्ते अंदा पिया और जा मुआ तोला ते मेकअप थोड़ा जा कर ला उठी जा मिनट मान ला भरजाई छोड़ न मेकअप बेड नहीं चंगे लगदे शादियां छोई चंगियां लगदे शादियां नहीं तू सानू मेकअप वाली चंगी लगदी फिर रोटी भाई दी ओ मैं आप ही कर लेनी हां मैं आप ही पका कौन लेनी है तू उठ मुआ तो मेकअप कर सोनी तैयार हो के बैठा अमदा पे यो कराची में तेरी वजह तू आया अम्मी हां मैं छुट्टी तक कब नु गई क्यों की मैं तो कोई ना ही पता मैं मुंह धो लवा हां उठी उठी मुंह धो ला मैं इदी गाल सुन लवा भरजाई सच्ची मेरे वास्ते आंदा पिया कसम है सोची ओदे बारे तेरे वास्ते आंदा पे नहीं भरजाई चंगा तो लगदा ही मेनू बारे मैं तेरे को डरे होया गाल तू मेनू पहला चा दस दे हुन ताई है जा तू अगा मुंह हाथ धो ला काली कीती कर हां तू दास हो मेरा पोता मेरा हाई मैच होया ना हला ते उस बस दिना कलन ते यूनिफॉर्म दित्ती कोई नहीं वाह तू हुन खेडन किधर जावने मामा तेरा अंदा पे उठ पो तैयार हो जा मुआ तोला कौन मामू हसा दमदा मामू जी हां मामू हसा दमदा पे जा मेरा पोतर मुआ तो जा जल्दी कर हेलो छोड़ खलोते और मैं मेरा डाकने में मामू दे सके जा ना ना मैं कोई नु आवना मेरा मामू अंदा पे मैं कौन रोटी तू करदा कर ले पेट दा सवाल है मजबूरी भी तो है ਤੇ ਬੈਣ ਕਦੀ ਕਦੀ ਆਉਣਾ ਹੁੰਦਾ ਰੋਜ਼ ਅਸਾ ਤਾਂ ਜੇ ਆਪੀ ਫਰਜ਼ਾਨਾ ਗੱਲ ਕਰਦੀ ਪਈ ਆਈ ਉਹ ਗੱਲ ਸਹੀ ਹੈ ਕਿਹੜੀ ਉਹ ਮੈਨੂੰ ਇੱਕ ਗੱਲ ਉਸ ਕੀਤੀ ਹੈ ਉਹ ਗੱਲ ਬੜੀ ਗੱਲ ਹੈ ਜਨਾਬ ਅੱਜ ਅਸਾ ਸਾਹਿਬ ਦੀ ਸਾਡੇ ਵਾਲੇ ਪਾਸੇ ਡੁੱਬ ਪਈ ਹੈ ਠੀਕ ਹੋ ਅੱਲਾ ਦਾ ਸ਼ੁਕਰ ਹੈ ਖੈਰ ਕਰੀ ਹੈ ਤੇ ਤੂੰ ਸੁਣਾ ਬਹੁਤ ਬਸ ਕੋਈ ਠੀਕ ਹੈ ਬਹੁਤ ਜੀ ਹੋਰ ਸੁਣਾ ਕੰਮ ਸ਼ਮ ਕਿਸਾ ਜਾ ਰਿਹਾ ਬਸ ਅੱਲਾ ਦਾ ਕਰਮ ਹੈ ਖਰੀਏ ਤੇ ਵੀ ਕੋ ਸੋਹਣਾ ਕੰਮ ਕਰ ਜਾ ਰਿਹਾ ਚਲ ਸ਼ੁਕਰ ਹੈ ਹੁਣ ਹੀ ਕਿਦਾਂ ਹੀ ਆਇਆ ਆ ਮੈਂ ਹੁਣ ਹੀ ਪਹੁੰਚੇ ਆਈ ਹਾਂ ਮੈਂ ਬਸ ਪਾਣੀ ਪੀਤਾ ਤੇ ਮੁਕੱਦਸ ਕੋਲ ਬੈਠਾ ਹੋ ਤੇ ਤੁਸੀਂ ਆ ਗਏ ਅੱਛੀ ਗੱਲ ਹੈ ਜੀ ਬਈ ਜਾਈ ਚਾਹ ਬਈ ਦੀ ਵਧੀਆ ਸਦ ਵਾਸਤੇ ਅੱਛਾ ਜਾ ਮੁਕੱਦਸ ਤੋਂ ਚਾਹ ਪਰ ਜਾਈ ਦੀ ਕੋਲ ਵਾਂ ਕੇ ਬੋ ਅੱਛਾ ਹੋਰ ਜੀ ਹੋਰ ਬਸ ਠੀਕ ਤੁਸੀਂ ਸੁਣਾਓ ਕਾਰੋਬਾਰ ਕਿਸਾ ਤੁਹਾਡਾ ਜਾ ਅੱਲਾ ਦਾ ਸ਼ੁਕਰ ਹੈ ਬਿਹਤਰੀਨ ਤੂੰ ਸੁਣਾ ਤੇਰਾ ਕੰਮ ਸਹੀ ਚੱਲ ਰਿਹਾ ਹਾਂ ਬਸ ਬਿਲਕੁਲ ਠੀਕ ਆ ਹੁਣ ਵਾਦਾ ਹੀ ਰਾਤ ਥਾਂ ਇਹਨਾਂ ਦਾ ਸੇ ਹਾਂ ਮੈਂ ਥਾਂ ਹੀ ਆ 4-5 ਦੇ 4-5 ਦੇ ਜੀ ਉਹਨੂੰ ਪਿਆ ਪੁੱਛਣਾ ਵੀ ਕਿੰਨਾ ਕੁ ਚਿਰ ਰਹਿਣਾ ਵਾ ਕਿਉਂ ਮੇਰੇ ਵਿਰਾਹ ਦਾ ਦਿਲ ਕਰੇ ਤੇ ਕਿੰਨਾ ਦਿਨ ਰਹਿ ਲਵੇ ਮਹੀਨਾ ਰਹਿ ਲਵੇ ਉਹ ਮਹੀਨਾ ਰਹਿ ਲਵੇ ਵੈਸੇ ਹੀ ਮੈਂ ਪੁੱਛਿਆ ਨਾ ਤੈਨੂੰ ਇਸ ਚੀਜ਼ ਦੀ ਕਿ ਵੈਸੇ ਪੁੱਛੇ ਤੇਰੇ ਕੋਈ ਆ ਜਾਣ ਮੈਂ ਕਦੀ ਪੁੱਛਿਆ ਇੱਕ ਮਨ ਗੱਲ ਦੱਸ ਹੋ ਵੀ ਘਰ ਦੇ ਵਿੱਚ ਤੂੰ ਮਰਦ ਹੈ ਜਾਂ ਮੈਂ ਮਰਦ ਹਾਂ ਦੱਸ ਤੂੰ ਮਰਦ ਹੈ ਵਾ ਲੇਕਿਨ ਮੇਰਾ ਕੋਈ ਆ ਜਾਵੇ ਨਾ ਤਾਂ ਤੈਨੂੰ ਇੰਜ ਚਿਨਕ ਲੱਗ ਜਾਂਦੀ ਵੀ ਇਹਦਾ ਕਿਉਂ ਆ ਕੇ ਬਹਿ ਗਿਆ ਇਹ ਜਿਹੜੀ ਜ਼ਬਾਨ ਹੈ ਨਾ ਇਹ ਔਰਤ ਨੂੰ ਤਖਤ ਹੀ ਬਹਿੰਦੀ ਤੇ ਥੱਲੇ ਇਹ ਜ਼ਬਾਨ ਹੀ ਲੈ ਕੇ ਆਉਂਦੀ ਅੱਛਾ ਜਦੋਂ ਤੇਰੀਆਂ ਕੋਈ ਕੁੱਤੀ ਕਾ ਆ ਜਾਵਣ ਮੈਂ ਕੋਈ ਨਹੀਂ ਉਹਨਾਂ ਨੂੰ ਪਕਾ ਗੋਣ ਦੇਣੀ ਜੇ ਮੇਰਾ ਬਿਰਾ ਥੋੜੇ ਦਿਹਾੜੇ ਰਹਿ ਪਵੇ ਤਾਂ ਤੈਨੂੰ ਭਲਾ ਕੀ ਪਿਆ ਹੁੰਦਾ ਜ਼ਬਾਨ ਤੇਰੀ ਹੈਡੀ ਲੰਮੀ ਹੈ ਕੋਈ ਸੋਚ ਸਮਝ ਕੇ ਮਰਨ ਨਾਲ ਗੱਲ ਕਰਨ ਦੀ ਹੈ ਮੈਂ ਤੇਰੀ ਵਾਸਤੇ ਬਜਾਜੀ ਖੁਦਾ ਸਹੀ ਹੈ ਬਸ ਕਰ ਚੁੱਪ ਕਰ ਆਵੇਂ ਦਾ ਪਿਆਦਾ ਮੈਂ ਹੱਥ ਜੋੜ ਕੇ ਆਪੇ ਬੈਨ ਦੀ ਤਰਫ ਮਾਫੀ ਮੰਗਦਾ ਅਗਰ ਮੈਂ ਉਹਦੇ ਕੋਲ ਪੁੱਛ ਲਿਆ ਨਾ ਤਾਂ ਮੇਰੇ ਘਰ ਹੈ ਮੈਂ ਇਸ ਘਰ ਦਾ ਮਾਲਕ ਹਾਂ ਮਾਲਕ ਤੂੰ ਹੈ ਵਾ ਮਾਂ ਵੀ ਇਸ ਘਰ ਦੀ ਮਾਲਕਾ ਨਾ ਠੀਕ ਹੈ ਮੇਰਾ ਵਿਰਾ ਹੈ ਘਰ ਦੇ ਵਿੱਚ ਅਗਰ ਕੋਈ ਬੰਦਾ ਆਵੇ ਜਾਵੇ ਤਾਂ ਪੁੱਛਣਾ ਉਹ ਤਾਂ ਮੇਰਾ ਹੱਕ ਬਣਦਾ ਹੈ ਅੱਛਾ ਛੱਡੋ ਨਾ ਤੁਸੀਂ ਮੇਰਾ ਮਾਂ ਪਿਓ ਪਿੱਛੇ ਕੋਈ ਨਹੀਂ ਬੈਠਾ ਜਿਹੜਾ ਮੇਰੇ ਘਰ ਦੀ ਹਿਫਾਜ਼ਤ ਕਰੇ ਸੀ ਤੇ ਮੈਨੂੰ ਤੇਰੇ ਤੇ ਉਮੀਦ ਕੋਈ ਨਹੀਂ ਕਿ ਤੂੰ ਮੇਰੇ ਘਰ ਦੀ ਹਿਫਾਜ਼ਤ ਕਰੇ ਸੀ
भाई छो कोई नहीं यार, मैं तो माफी चाहना यार बहन की तरफ गल कोई बहुत ना क्यों नाराज हो गया। मेरे की हौली बोली कर सही है जो मैं अपनी आई से आ गया ना तो बाद मैं तलाक दे छड़नी है। नहीं 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 मेरी वाकफ नहीं है। चल जा जा आपका खबरदार है कि तू बाद मेरे के बकवास कर छड़ दे मेरी बात। की होया क्यों लड़दे पया? पता नहीं क्यों लड़दे मैनू इस गल का मुकद्दस पता कोई नहीं। भाई आए तो पुछदा बैठा है के कितने देर आना, मैं चार पांच देर आना है। तो बाजी फरजाना आखे तेरी कुत्ती काम दिया तो रहंदिया नहीं। ओए होए साद तेन मैं दस नहीं सकदी निक्की निक्की गाल तू लड़दे बजाई ते कितनी बार आखे ना लवी का किसे निक्की निक्की गाल मैं दस मुकद्दस मेरा बिरा आ गया तो कोई गुनाह तो कोई नहीं आ गया ओदे सारे थोड़े आंदन मैं किड्डी खिदमत करनी आ। ला दित्या हुन मैं तेरा कतना ही कतना ही है तेरी भैन दा आ गए मेरा बिरा तेरा वेखी मैं किवें सिर नीवा करांदी हूं। असद तेरे दिल च गल्ला हां ते मैं तुम्हें पहले दा छड्डया तेरे दिल च ते गल्ला आन मुकद्दस तू मैनू क्यों नहीं दसी? मैनू ता बजाई दे मुंह च पता लगा है कि तू इतना मैनू पसंद करना है ते इतना के आची च मेरे मगे के आची है तेडिया फैशन वालियां छोरियां तेनू तू काई भी चंगी नहीं लगदी। फैशन वाली नहीं मुकदी है दुनिया ते औरत नहीं मुकदी लेकिन प्यार दी गल होंदी जिस ते दिल आवेंदा ना ओ होर चीज होंदी ओ कदी भी नहीं छुटदी ते ना ही छोड़न वाली चीज होंदी। छुआ भी नहीं मुकदे मगर मैं भी शुरू तो पसंद कर दिया हूं मगर ये है कि मैं एक दिया इज्जतदार गाल दिया दिया कदी मुंह च बोल के ये गाल नहीं दसेंदी ते बजाय को पूछ लवी मैं यो जी हां भी नहीं जेड़ियां थे आंदे वेचे होईयां इदे आदे चक्कर चला लेंदियां मैं तू ना लेके खलोता इज्जत बिस्ती है ना वो मेरी है तेरी कोई नहीं सदो भाई मैंने दसो भाई जे अल्लाह ना करे तू मान जावे अल्लाह करे तू मान जावे ते मोड़ तेरे गाल करन दा मतलब के मान जावे मेरे गाल करन दा मतलब जे अस दो मियां बीवी बन जावे तू मान जावे ते मोड़ के यार किदे गए क्या बात है थे आले किदे गए ओ हिक मन गाल दस असदो कि दित्ते तू इतना पागल समझे होया तेरी बहन भी पागल मन समझे और तू भी मन पागल समझे होया जेड़ी तेरी बहन मेरे नाल हाल करदी पई है ना तेरा क्या ख्याल है कि मैं वो बट्टा सट्टे दे विच हो वैसी ते मैं दित्ते कोल बदला लै लैसा भाई की हो गया मुकद्दस चुप कर तू अब भाई दित्ता मैं भी असर न पसंद कर दिया तू लाख बार पसंद कर लेकिन एक कदी भी नहीं हो सकदा मुकद्दस क्यों नहीं हो सकदा साडी कोई दुश्मनियां नु काल नु किदाई ना किदाई मैनू पता है सनैन नाल तेरा दिल है भावे मैं दे छड़े सके किसी चूड़े नु लेकिन मैं इस नु नहीं देवणी असद नु ये मेरा पहला और आखिरी फैसला है ये इसते भाई जान की जान कितो है बजाय ते ना उंज लगदी आंदी ओ दिल दी माड़ी नहीं ओ चंगी है तेरे नाल मेरी बेगम है ना मैंने पता कि ओ दिल दी माड़ी है ये चंगी है एडी सपोर्ट बाप भी दी करन दी तन जरूरत कोई नहीं ते जेडी गल मैं तन समझांदा पया ना ये मेरी गल कान खोल के सुन ला ए रिश्ता कदी भी नहीं हो सकदा ते आण वाली गल कर कर देख ले साड़ी शादी कभी भी नहीं होगी।
मैनू पता है ए उद्दे गयो या ही परसो ते उद्दे कोई पक्की कार आया गल ते उद्दे तो मेरा भी दिल कोई नहीं शादी वास्ते क्योंकि ओ छुआ दे पहले चक्कर हो दे चले हो इनो मैनू कल जे तो फोन आया छुए दाऊ सा क्या वे ओ मेरे ना सेट है स्नैन ते मैं यो जे लड़के ना क्यों शादी करा जे बंदा आगा किसे छोरियां ना सेट होवे मैनू एक प्लान है मेरे को काले सूट वाला छोरा हां ओ तो नाले बड़ी बाजी आ मेरी बाजी आ या तो तू उन्होंने कोई नहीं पूछा बे केड़ी साइड ते वेंदे पते किदे वेंदे पयो नहीं मैं तो पूछे ही कोनी अरे तू मान जो या मैं जाने ते मेरा काम जाने हुन मैं एक बार थाई खलोता मैं किसी ने फोन करे ना मैं दसा किदे गानी जे पता है तो दस छड्डो तू मने इतना क्यों परेशान करंदी पई जेड़ी तेरी भैन नेक आई ना जिन्या तू सिफता करदा स ठीक है ना छोटा जा मेरा बिरा जेड़ा ओन विलगा के तो चल गई है हां तेरा छोटा जा बिरा आई ओदे मुंह तो फिगर आई उनु तो कोई दुनियादारी दा पता नहीं हैं तैनू सिफता बढ़िया आंदियां सन मेरी भैन हाजा ने ठीक है ना मैं आना के मैं वाकई तेरी जी औरत ते पहले शक आई किस वजह तू मैं तेरे नाल सही ना सुरांदा किस वजह तू मेरा रवैया तेरे नाल नहीं सही ठीक है तैनू मेरे नाल नहीं सी सही तू अपनी भैन नु समझांदा मैं उन्हें कोई गल नहीं की थी वो अपनी मर्जी नाल गई है जदों औरत दे बंदा पैर खोतरने शुरू कर देवे ना ते औरत खोतरन वाली होवे वो कदी भी नहीं औरत कामयाब ए हो ही नहीं सकदा कि वो दीवार अपने घर च न डवे और तू ढाई फरजाना मैं नहीं ढाई तेरी भैन खुद ढाई है ठीक है ना तेरी इज्जत ओ ला के गई है तू अच्छा। मैनू मेहनत देंदा स हुन अपनी हालात देख तू बदला ले आना मेरे को अपने दुखा दा बदला ले आई ना ठीक है जे अगर मेरी बहन नहीं इस घर दे विच रही ते इस घर दे विच हुन तू भी नहीं रह सकदी ते मैं तैनू तलाक दे छड़नी क्यों अपनी तकलीफ होई है ना अब्बू अपनी तकलीफ होई है अब्बू अखा मेरी तू पासे हो जा अब्बू जी दोबारा मुड़ के मेरे घर आवन की कोशिश तू ना करी अब्बू अब पैरों दी मेरे काम ना खबरदार मेरे पैर तलाक ना दे दते तलाक न दे इतना वड्डा मेरे नाल जुल्म करके हैं ते फिर तलाक न दे अब्बू अब्बू मैंने कौन ना कम खोदा अपनी अखा ना देखिया आई की देखिया तू छोटा जा बच्चा है ठीक है ना मामू ने खातर मैं कार दे वेच रावांगी मामू नाल जानदी पई आंटी रश के बैठिया ते ओई गल तो तेरी मां पई दसिंदी है कि तेरे मामू नाल जांदी पई आई ओ किस दे मैं उस दे आदा सुना सु मैं किस कितने दे राणा मैं पागल आसु ओ मैनू दी नजर ही दसदियां पईयां है के बंदा नहीं ठीक दित्ते मैं नहीं तू निकल जा घरों मेरे ठीक है ना मिनट ला फरजाना नहीं मैं कोन जाना फरजाना तने मैं दा मेरी नजर तू पासे हो वाई बेहतर है मैं नहीं जाना जदों मैं तन तलाक दे छणी तू इस घर दे विच तेरा दखल ही नहीं रह गया ऐ तलाक देनी है क्यों दित्ते मेरी गैरत बिल्कुल गवारा नहीं करिंदी ते मैं तेरे इस घर दे विच रखा दित्ता मैं भी तेरी इज्जत आ ओए आज नु तू मेरा ए नुकसान कीता कल नु मैं तेरे ते भरोसा ही नहीं रहा मेरा भरोसा उठ गया तेरे तो अब्बू जी मैं बाहर तोड़े पत्ता सन माफ कर देना जे तू से तो लार बस वेट मैं क्यों से आवे को मैं हाथ जुड़े ना मैं तो बच्चे दी खातर ते रह सकनी है ना ਵੇਦਾਂ ਪਿਆ ਮੈਂ ਤੇਰੇ ਹੱਥ ਜੁੜੇ ਹੋਏ ਆਪਣੀ ਮਾਰ ਦੇ ਕਿਦਾਰ ਕਿਰਦਾਰ ਵੇਖ ਛੋਰਾ ਕੀ ਮਸਲਾ ਹੈ ਤੂੰ ਉੱਚੀ ਉੱਚੀ ਬੋਲਦੇ ਪਿਆ ਮੈਂ ਤਾਂ ਤੁਹਾਡੀ ਆਵਾਜ਼ ਸੁਣ ਕਿਉਂ ਰਹਾ ਹਾਂ ਕੋਈ ਨਹੀਂ ਸਰਦਾਰ ਜੀ ਆ ਦਿਨ ਨਾ ਜਦੋਂ ਇਨਸਾਨ ਨੂੰ ਆਪਣੇ ਘਰ ਦੀ ਲੱਗੇ ਨਾ ਉਸ ਟਾਈਮ ਤਕਲੀਫ ਹੁੰਦੀ ਤੇ ਮੈਂ ਆਪਣੇ ਘਰੋਂ ਲੱਗੀ ਹੈ ਮੈਂ ਸਰਦਾਰ ਸਾਹਿਬ ਬੜੀ ਤਕਲੀਫ ਹੈ ਮੈਂ ਲੱਗ ਗਈ ਛੋਰੋ ਮੈਂ ਸਾਰੀ ਸਮਝ ਲੱਗ ਗਈ ਹੈ ਇਹ ਦੱਸੋ ਜਿਹੜੀਆਂ ਹੱਥਾਂ ਦੀ ਦਿੱਤੀਆਂ ਮੈਨੂੰ ਬੰਦਾ ਨਾ ਖੋਲਣੀ ਪਊਗੀ ਸਾਰੀ ਜ਼ਿੰਦਗੀ ਕਿਆ ਤੂੰ ਕੋਈ ਗੁਨਾਹ ਨਹੀਂ ਕੀਤਾ
ਕੀਤੇ ਹਨ ਸਰਦਾਰ ਸਾਹਿਬ? ਆਪਣੇ ਗੁਰਮਾਂ ਦੀ ਤੇ ਆਪਣੇ ਜੁਰਮਾਂ ਦੀ ਸਜ਼ਾ ਮਿਲਦੀ ਹੈ। ਮੇਰੀ ਸੁਣੇ ਨਾ, ਸਭ ਤੋਂ ਵੱਡਾ ਉਹ ਹੈ ਜਿਹੜਾ ਕਿਸੇ ਨੂੰ ਮਾਫ਼ ਕਰ ਦੇਵਣ ਵਾਲਾ, ਉਹ ਵੱਡਾ ਨਹੀਂ ਹੁੰਦਾ ਜਿਹੜਾ ਜ਼ੁਲਮ ਕੀਤੀ ਰੱਖੇ। ਉਹ ਕਰ ਗਿਆ, ਕਰਕੇ ਚਲਾ ਗਿਆ, ਭਾਂਡੇ ਪਲੀਤ ਕਰ ਗਿਆ, ਠੀਕ ਹੈ। ਲੇਕਿਨ ਤੁਹਾਡੀ ਵਾਸਤੇ ਇਹ ਬਿਹਤਰ ਨਹੀਂ, ਇਹ ਅੱਛੀ ਨਹੀਂ ਗੱਲ। ਤੁਸੀਂ ਉਹਨਾਂ ਦੇ ਬਰਾਬਰ 'ਚ ਗਿਣੀ ਜਾਣਾ। ਅਗਰ ਇਹਨੂੰ ਤੁਸੀਂ ਬੱਚੇ ਨੂੰ ਧੱਕਾ ਦੇ ਦਿਓ ਜਾਂ ਆਪਣੀ ਘਰ ਦੀ ਧੱਕਾ ਦੇ ਦਿਓ, ਉਹਨਾਂ 'ਤੇ ਤੁਹਾਡਾ ਮੁੜ ਫਰਕ ਕੋਈ ਨਹੀਂ ਹੈ, ਠੀਕ ਹੈ ਨਾ। ਰੱਖਣ ਮਾਸੂਮ ਬੱਚਾ, ਇਹਦਾ ਕੀ ਗੁਨਾਹ? ਇਹ ਦੱਸੋ ਇਹਦਾ ਕੀ ਗੁਨਾਹ? ਇਹ ਜੰਮਿਆ ਇਸ ਵਾਸਤੇ, ਤੇਰੇ ਘਰ ਪੈਦਾ ਹੋਇਆ ਇਸ ਵਾਸਤੇ, ਐਡੀ ਵੱਡੀ ਸਜ਼ਾ ਪੈ ਦੇਣਾ? ਨਾ ਨਾ ਕਰ ਤਾਂ ਨਾ, ਮੈਂ ਇੰਝ ਕਰਨ ਦੇਣੇ ਤੈਨੂੰ। ਅਸੀਂ ਤਾਂ ਇਹ ਨਾ, ਮੈਂ ਆਪਣੇ ਸਰਦਾਰ ਬਣ ਕੇ ਨਹੀਂ, ਮੈਂ ਤੈਨੂੰ ਦਾਅਵੇ ਤੂੰ ਪਿਆ ਨਾ, ਕੋਈ ਨਹੀਂ ਸਰਦਾਰ, ਸਰਦਾਰ ਉਹ ਹੀ ਹੈ ਜਿਹੜਾ ਕਾਇਨਾਤ ਚਲਾਈਦਾ, ਇਸ ਕਾਇਨਾਤ ਦਾ ਨਿਜ਼ਾਮ ਚਲਾਇਆ। ਅਸੀਂ ਕੱਖ ਸਰਦਾਰ ਨੇ, ਅਸੀਂ ਸਰਦਾਰ ਹੋ ਵੀ ਆ ਅਤੇ ਆਹ ਜ਼ੁਲਮ ਹੋਵੇ ਨਾ, ਆਏ ਜੀ ਲੈ ਕੇ ਦੇ ਦੁਪਹਾਰੀ ਇਸ ਤਰ੍ਹਾਂ ਕਿਸੇ ਦੀ ਲੈ ਕੇ ਤੁਰ ਜਾਵੇ ਨਾ, ਸਾਡੇ ਹੁੰਦੇ ਅਤੇ ਨਾ, ਕੋਈ ਕਿਸੇ ਦਾ ਸਰਦਾਰ ਨਹੀਂ, ਸਰਦਾਰ ਇੱਕੋ ਹੀ ਹੈ। ਬਿਲਕੁਲ ਬੇਸ਼ੱਕ, ਮੈਂ ਤਾਂ ਤੈਨੂੰ ਨਾ ਸਰਦਾਰ ਬਣ ਕੇ ਨਹੀਂ, ਇੱਕ ਨਾ ਬਦਰੀਆ ਪੁੱਤ ਸਮਝ ਕੇ ਤੈਨੂੰ ਮਿਹਨਤ ਨਹੀਂ, ਮਿਹਨਤ ਨਾ ਕਰੋ ਤੁਸੀਂ, ਮੇਰੇ ਤੋਂ ਵੱਡੇ ਹੋ। ਪੀਰਾਂ ਦਿੱਤਾ ਕਿ ਦਿੱਤਾ ਨਾ, ਮੇਰਾ ਨਾਂ ਹੈ ਅੱਲਾ ਦਿੱਤਾ, ਅੱਲਾ ਜੀ ਤੈਨੂੰ ਦਿੱਤਾ ਇਸ ਦੁਨੀਆਂ 'ਤੇ ਭੇਜਿਆ, ਅਤੇ ਕੁਝ ਵੇਖ, ਕੁਝ ਚੰਗੇ ਕੰਮ ਕਰ ਜਾ, ਕੋਈ ਐਸੇ ਕੰਮ ਕਰਕੇ ਛੱਡ ਜਾ ਤੇ ਦੁਨੀਆਂ ਤੈਨੂੰ ਯਾਦ ਕਰੇ। ਸਰਦਾਰ ਸਾਹਿਬ ਮੇਰੇ ਨਾਲ ਬਹੁਤ ਬੁਰਾ ਹੋਇਆ, ਉਹ ਨਾ ਕੀਤਾ ਹੈ। ਚੌਧਰੀ ਸਾਹਿਬ ਮੈਂ ਵੀ ਗੱਲ ਦੱਸਣੀ, ਮੈਂ ਤੁਹਾਨੂੰ, ਮੈਂ ਵੀ ਤੁਹਾਡੀ ਵੀ ਸੁਣਨਾ। ਜਿਹੜਾ ਸਬਰ ਕਰੇ ਸੀ ਨਾ, ਅੱਲਾਹ ਤਾਲਾ ਖੁਦ ਫਰਮਾਇੰਦਾ ਹੈ, ਤੂੰ ਸਬਰ ਕਰਕੇ ਤਾਂ ਵੇਖ, ਮੈਂ ਤੇਰੇ ਨਾਲ ਆਈ ਉਹਨਾਂ ਨਾਲ। ਹੁਣ ਤੁਸੀਂ ਦੱਸੋ, ਮੇਰੇ ਕੋ ਗਲਤੀ ਹੋਈ ਹੈ, ਮੈਂ ਮੰਨੀ ਹੈ, ਠੀਕ ਹੈ ਨਾ, ਇਹਨਾਂ ਦੇ ਬੱਚੇ ਦੇ ਸਦਕੇ ਨਾਲ ਮੈਨੂੰ ਮਾਫ਼ ਕਰ ਦੇਵੇ। ਮੈਂ ਜਲਨ ਚਾ ਕੇ ਤੇ ਮੈਂ ਕਰ ਬੈਠੀ ਹਾਂ ਗੁਨਾਹ, ਤੇ ਇਹਨਾਂ ਨੂੰ ਮਾਫ਼ ਕਰ ਦੇ। ਛੋਰੇ ਅਸੀਂ ਡੇਰੇਦਾਰ ਬੰਦੇ ਆ, ਮੈਂ ਉਹਨੂੰ ਪਹਿਲੇ ਆਖ ਛੱਡਿਆ, ਮੈਨੂੰ ਮਿਹਨਤ ਕਰ ਛੱਡੀ, ਜੇ ਇਹਦੇ ਵੱਲੋਂ ਨਹੀਂ ਸੁਣਾ ਵੇਖਣਾ ਤੇ ਤੇਰੇ ਵੱਲੋਂ ਵੀ ਨਹੀਂ ਸੁਣ ਵੇਖਣਾ। ਤੇ ਜੇ ਮੈਂ ਇਹਦੀ ਭੈਣ ਦੇ ਮੈਂ ਹੱਥ ਕੱਢਣ, ਇੰਜੇ ਮੈਂ ਲਿਆ ਕੇ ਤੈਨੂੰ। ਠੀਕ ਹੈ ਸਰਦਾਰ ਸਾਹਿਬ, ਮੈਂ ਜੋ ਕੁਝ ਵੀ ਹੈ ਮੈਂ ਕੌੜਾ ਕੁੱਟ ਜਿਹੜਾ ਨਾ ਇਹ ਸਮਝੋ ਪਰ ਗਿਆ ਵਾਂ। ਤੇ ਅਸੀਂ ਕੋਸ਼ਿਸ਼ ਕਰਸਾਂ ਜੇ ਸਾਡੇ ਸਾਹ ਆਜ਼ਾਦੀ ਦੇ ਰਹੇ ਨਾ ਜੀ, ਤੇ ਇਵੇਂ ਵਸਦਾ ਉਸੇ ਤੇ ਹੱਸਦਾ ਵਸਦਾ ਰਹਿ ਸੰਗਿਆ, ਤੇ ਇਹਨੇ ਅਸੀਂ ਵਾਪਸ ਕਰਾ। ਨਹੀਂ ਸਰਦਾਰ ਸਾਹਿਬ, ਉਹ ਸਿਆਣੇ ਆਖਿਆ ਨਾ ਬੇਰੀ ਦਾ ਪੂਰ ਬ੍ਰਹਿਮਣਾ ਤੇ ਨਾ ਸੱਚ ਨਿਰੋਚੇ ਹੋਵਣਾ। ਜਦੋਂ ਇੱਕ ਵਾਰੀ ਭੈਣ ਮੇਰੀ ਟੁਰ ਗਈ ਹੈ ਨਾ, ਤੇ ਦੁਨੀਆਂ ਦੇ ਨਜ਼ਰਾਂ ਦੇ ਵਿੱਚ ਮੈਂ ਨੀਵਾਂ ਹੋ ਗਿਆ, ਤੇ ਕਦੀ ਮੇਰੀਆਂ ਨਜ਼ਰਾਂ ਉੱਚੀਆਂ ਨਹੀਂ ਹੋ ਸਕਦੀਆਂ। ਮੈਂ ਟੁਰ ਗਈ ਹੈ ਜੀ। ਆ ਵੀ ਗਏ ਆ ਜੀ, ਆ ਵੀ ਗਏ ਆ, ਆ ਜਾ ਇੱਥਾ ਹੀ ਖਲੋ, ਇੱਥਾ ਦੇ ਆ ਜਾ ਜੀ। ਵੀਵਾ ਕੈਸੇ ਹੋ? ਠੀਕ ਹੋ ਜੀ? ਸਾਡਾ ਪੂਰੀ ਮੁਕੱਦਸ ਮਲਿਕ ਦੀ ਟੀਮ ਔਰ ਸਾਡਾ ਸਾਰਿਆਂ ਦਾ ਸਲਾਮ। ਔਰ ਤੁਸੀਂ ਵੇਖ ਰਹੇ ਹੋ ਅੱਜ ਸਾਡੀ ਨਵੀਂ ਟੀਮ ਵੇਖ ਰਹੇ ਹੋ, ਔਰ ਦੁਆ ਕਰੋ। ਪੁਰਾਣੀ ਪਰ ਜੰਗ ਲੱਥਾ ਥੋੜਾ, ਮਿੱਚੂ ਕੁਛ ਦਿਨ ਗਾਇਬ ਹੋ ਗਿਆ ਹੈ ਪ੍ਰੇਮੀ ਸਾਹਿਬ ਵੀ, ਮਗਰ ਪ੍ਰੇਮੀ ਨੂੰ ਆਖਿਆ ਕਿ ਤੇਰੇ ਜਿਹੜੇ ਹੈ ਨਾ ਚਾਹਵਾਂ ਵਾਲੇ, ਉਹ ਮੈਨੂੰ ਬਾਰ ਬਾਰ ਰਿਕੁਐਸਟ ਕਰਦੇ ਨੇ ਕਿ ਪ੍ਰੇਮੀ ਨੂੰ ਲੈ ਆਓ ਨਾਲ, ਤੇ ਮੈਂ ਹੋ ਇਹਨੂੰ ਇਹੀ ਦਰੀਕ ਕੇ ਲੈ ਆਉਂਦਾ ਹੈ ਤੇ ਇਨਸ਼ਾਲਾ ਅਸੀਂ ਕੰਮ ਨਾਲ ਕਰਸਾਂ ਹੈ, ਇਨਸ਼ਾਲਾ ਨਾਲ ਕਰਸਾਂ ਹੈ ਕੰਮ ਨਾਲ ਕੇ ਤੇ ਸਾਡੀ ਟੀਮ ਨੂੰ ਇੱਕ ਚਾਰ ਚਾਂਦ ਲੱਗਣ, ਯਕੀਨ ਕਰੋ। ਬਾਕੀ ਬਹੁਤ ਅੱਛਾ ਐਕਟਰ ਹੈ ਔਰ ਨਾਲ ਸਨ, ਇਹ ਅਗਰ ਸਾਡੇ ਨਾਲ ਕੰਮ ਕਰਨ ਨਾ ਸਾਡਾ ਦਿਲ ਖੁਸ਼ ਹੁੰਦਾ ਔਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਾਕੀ ਫਰਜ਼ਾਨਾ ਦਾ ਕੰਮ ਤੁਹਾਨੂੰ ਕੈਸਾ ਲੱਗਿਆ ਹੈ? ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨੀ ਹੈ ਸਟੋਰੀ ਦੇ ਵਿੱਚ, ਕਿਉਂਕਿ ਇਹ ਨਵੀਂ ਹੈ ਤੇ ਨਵੇਂ ਬੰਦੇ ਨੂੰ ਅਸੀਂ ਚਾਹੁੰਦੇ ਹਾਂ ਕਿ ਮੌਕਾ ਦੇਵੀਏ, ਅੱਗਾਂ ਲੈ ਆਵੀਏ। ਤੁਹਾਡੇ ਪਿਆਰ, ਤੁਹਾਡੀ ਸਪੋਰਟ, ਤੁਹਾਡੇ ਅੱਛੇ ਮੈਸੇਜ ਦੇ ਨਾਲ ਇਹਨੂੰ ਹਿੰਮਤ ਮਿਲ ਸੀ, ਜਿਵੇਂ ਤੁਸੀਂ ਅੱਜ ਤਾਂ ਮੈਨੂੰ ਹਿੰਮਤ ਦਿੱਤੀ ਹੈ, ਇਹਨੂੰ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੁਣ ਅੱਗਾਂ ਅੱਗਾਂ ਨਵੇਂ ਲੋਕ ਲੈ ਕੇ ਵਿੱਚ ਆਵੀਏ ਔਰ ਨਵੇਂ ਵਿੱਚ ਜ਼ਾਹਿਰ ਗੱਲ ਨਵੇਂ ਬੰਦਿਆਂ ਨੂੰ ਵੀ ਮੌਕਾ ਦੇਵਾਂ ਚਾਹੀਦਾ। ਅਤੇ ਇਹਨਾਂ ਦਾ ਆਪਣਾ ਵੀ ਚੈਨਲ ਹੈ, ਉਹਦੇ 'ਤੇ ਇਹ ਸਟੋਰੀਆਂ ਅਪਲੋਡ ਕਰਦੇ ਨੂੰ, ਅਤੇ ਇਨਸ਼ਾਲਾ ਰਲ ਕੇ ਹੁਣ ਕੰਮ ਕਰ ਸਾਂ ਉਹਦੇ ਉੱਤੇ ਵੀ ਅਤੇ ਮੇਰੇ ਚੈਨਲ ਦੇ ਉੱਤੇ ਵੀ। ਅਤੇ ਜਿਵੇਂ ਸਾਨੂੰ ਪਹਿਲੇ ਪਿਆਰ ਮੁਹੱਬਤ ਦਿੰਦੇ ਹੋਏ ਉਹ ਇਸੇ ਤਰ੍ਹਾਂ ਦੀ ਵਿਆਹ ਹੈ। ਬਾਕੀ ਸਾਡੀ ਸਟੋਰੀ ਦਾ ਮੈਸੇਜ ਜੇ ਆਈ ਕੋਈ ਸਮਝ ਗਏ ਉਹ ਤੁਸੀਂ ਵੇਖ ਕੇ ਕੋਈ ਸਮਝਾ ਦੇਵੀਏ। ਇਹਦਾ ਸਭ ਤੋਂ ਵੱਡਾ ਮੈਸੇਜ ਇਹ ਕਿ ਇੱਕ ਵਿਆਹ ਨਾਲ ਜਦੋਂ ਉਹਦੀ ਬਹਿਣ ਵਗ ਜਾਂਦੀ ਹੈ ਤਾਂ ਇਸ ਤੋਂ ਵੱਡਾ ਜ਼ੁਲਮ ਕੋਈ ਨਹੀਂ ਹੁੰਦਾ, ਮਗਰ ਇੱਕ ਜ਼ੁਲਮ ਦੇ ਹੁੰਦਿਆਂ ਵਿਆਹ ਅਗਰ ਆਪਣੀ ਬੇਗਮ ਅਗਰ ਉਹਦੀ ਉਹ ਜ਼ੁਲਮ ਕਰਨ ਵਾਲੀ ਹੈ ਅਤੇ ਉਹ ਆਪਣੇ ਬੱਚਿਆਂ ਦੇ ਸਦਕੇ ਜਾਂ ਬੇਗਮ ਨੂੰ ਮਾਫ਼ ਕਰ ਦੇਵੇ ਨਾ,
ਤੇ ਇਸ ਤੋਂ ਵੱਡਾ ਉਹਦਾ ਦੇਵ ਜਾਂ ਉਹਦਾ ਬੇਪਨ ਨਹੀਂ ਹੋ ਸਕਦਾ ਕਿਉਂਕਿ ਅੱਲਾ ਪਾਕ ਆਉਂਦਾ ਹੈ ਮਾਫ ਕਰਨ ਵਾਲਾ ਸਭ ਤੋਂ ਵੱਡਾ ਹੁੰਦਾ ਹੈ। ਅਗਰ ਮੇਰੇ 'ਚ ਕੁਝ ਹੁੰਦਾ ਤਾਂ ਮੈਂ ਵੀ ਵਿਆਹ ਦੀ ਇੱਜ਼ਤ ਰੱਖਦੀ, ਮੈਂ ਨਾ ਜਾਂਦੀ। ਗਲਤੀ ਸੀ ਉਹ ਇਕੱਲੀ ਬਰਜਾਈ ਦੀ ਨਾ ਆਈ, ਮੇਰੀ ਵੀ ਵਿੱਚ ਆਈ। ਦੋਵਾਂ ਬੰਦਿਆਂ ਦੀ ਗਲਤੀ ਹੋਵੇ ਤਾਂ ਕੰਮ ਹੁੰਦਾ। ਮਗਰ ਵੱਡਾ ਮੈਸੇਜ ਇਹ ਆਈ ਕਿ ਜੇ ਇਨਸਾਨ ਆਉਂਦੇ ਇਹਨਾਂ ਵੀ ਬਦਲੇ ਦੇ ਬਦਲੇ ਬਦਲਾ ਹੁੰਦਾ, ਅਦਲੇ ਦਾ ਬਦਲਾ ਹੁੰਦਾ, ਉਹ ਜ਼ਰੂਰੀ ਨਹੀਂ ਹੁੰਦਾ। ਸਭ ਤੋਂ ਵੱਡਾ ਅੱਲਾ ਪਸੰਦ ਕਰਦਾ ਮਾਫ ਕਰਨ ਵਾਲੇ ਨੂੰ, ਤੇ ਮਾਫ ਕਰਨਾ ਸਿੱਖੋ। ਖੂਨ ਖਰਾਬਿਆਂ ਚੋਂ, ਲੜਾਈਆਂ ਝਗੜਿਆਂ ਚੋਂ ਤੇ ਅਦਲੇ ਬਦਲਿਆਂ ਚੋਂ ਕੁਝ ਨਹੀਂ ਲੱਭਦਾ। ਤੇ ਆਪਣੇ ਗੱਲ ਸਿਆਣਾ ਹੋਵੇ ਨਾ ਤੇ ਕਿਸੇ ਬਾਹਰ ਦੇ ਨੂੰ ਵੱਟਾ ਨਹੀਂ ਮਾਰਨਾ ਚਾਹੀਦਾ। ਸਾਡੀ ਸਟੋਰੀ ਤੁਹਾਨੂੰ ਪਸੰਦ ਆਈ ਹੋ ਸੀ, ਸਾਡਾ ਹੋ ਗਿਆ ਜੀ। ਕਿਹੜਾ ਖੁਸ਼ ਨਸੀਬ ਹੈ ਜਿਹਦੀ ਬਹਿਣ ਨਿਕਲ ਗਈ ਤੇ ਮੈਂ ਤੇ ਮੈਂ ਇਹਦੇ ਬਾਰੇ ਹੀ ਇੱਕ ਨਿੱਕਾ ਜਿਹਾ ਲੱਗ ਨਾ ਜਾਨੂੰ ਤੂੰ ਪਿਆਰਾ ਆਹਾ ਹੋ ਲਗਨ ਜਾਨ ਤੂੰ ਪਿਆਰਾ ਤੇ ਢੋਲਾ ਤੇਰੀ ਅੱਖੀਆਂ ਦੀ ਸੋ ਮਈਆਤੀਆ ਵੇ ਮਈਆ ਤੇਰੀ ਅੱਖੀਆਂ ਦੀ ਸੋਵੇਂ ਵੇ ਢੋਲਾ ਤੇਰੀ ਅੱਖੀਆਂ ਦੀ ਸੋਵੇਂ। ਕੀ ਬਾਤ ਹੈ ਜੀ, ਬਿਲਕੁਲ ਜੀ, ਅੱਖੀਆਂ ਦੀ ਸੋਵੇਂ। ਤੇ ਹੁਣ ਅਸੀਂ ਇਹ ਜਾਣਦੇ ਹਾਂ ਜੀ, ਤੁਸੀਂ ਜੀ ਸਾਡੀ ਅੱਖੀਆਂ ਦੀ ਸੋਹ ਨੂੰ ਜ਼ਰੂਰ ਵਿਆਹਦੇ ਦਾ ਵਿਆਹ ਹੈ ਤੇ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਦਾ ਵਿਆਹ ਹੈ, ਤੁਹਾਡਾ ਸਾਥ ਹੈ ਤੇ ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਇਤਨਾ ਇੱਕ ਸਾਥ ਦੇਵੋ ਕਿ ਮੁਕੱਦਸ ਮਲਿਕ ਕਦੀ ਇਸ ਫੀਲਡ ਤੋਂ ਜਾਨ ਨਾ ਛਡਾਵੇ, ਵਰਨਾ ਜੇ ਸਾਡੀ ਇਹ ਫੀਲਡ ਹੈ ਨਾ, ਇਹਦੇ ਵਿੱਚ ਇੰਝ ਦਿਲ ਲੱਗਦਾ ਹੈ ਕਿ ਬੰਦਾ ਦੰਮੀ ਉਠੀਵੇ ਨਾ ਤੇ ਇਹ ਫੀਲਡ ਛੱਡ ਦੇਵੇ, ਕਿਉਂਕਿ ਮੁਨਾਫਕਤ ਬਹੁਤ ਹੈ। ਔਰ ਮੈਂ ਅਗਰ ਮੈਂ ਖੁਦਾ ਦੀ ਕਸਮ ਚਾਹ ਕੇ ਆਉਂਦੀ ਪਈ ਹਾਂ ਅੱਲਾ ਨੂੰ ਹਾਜ਼ਰ ਨਾਜ਼ਰ ਰੱਖ ਕੇ, ਅਗਰ ਮੈਂ ਇਹ ਸੋਸ਼ਲ ਮੀਡੀਆ 'ਤੇ ਟਿੱਕੀ ਹੋਈ ਹਾਂ, ਚੈਨਲ 'ਤੇ ਕੰਮ ਕਰਦੀ ਪਈ ਹਾਂ, ਹੱਟ ਹੱਟ ਕੇ ਨੱਕ ਦੀਆਂ ਖਾ ਕੇ, ਤਾਂ ਸਿਰਫ ਤੁਹਾਡੇ ਪਿਆਰ ਦੀ ਵਜ੍ਹਾ ਤੋਂ, ਤੁਹਾਡੀ ਸਾਥ ਦੀ ਵਜ੍ਹਾ ਤੋਂ। ਕਿਉਂਕਿ ਤੁਸੀਂ ਉਹ ਅੱਛੇ ਬੰਦੇ ਹੋ, ਉਹ ਦਿਲ ਵਾਲੇ ਹੋ ਕਿ ਤੁਸੀਂ ਕਿਸੇ ਦੇ ਰੋਜ਼ ਰੋਟੀ 'ਤੇ ਲੱਤ ਨਹੀਂ ਮਾਰਦੇ, ਤੁਸੀਂ ਸਭ ਦਾ ਸਾਥ ਦਿੰਦੇ ਹੋ। ਬਦਲੇ ਤੋਂ ਦੌੜਾ ਸੁਣਾਉਣਾ ਕਿ ਜਦੋਂ ਬਾਸ ਨਾ ਆਇਆ ਬੁਰੀ ਖਸਲਤ ਤੋਂ, ਰੁੱਖ ਬਦਲੇ ਚਾਹ ਤਨਹਾਈ ਦੇ, ਇੰਜ ਸਾੜਿਆ ਹਾਂ ਤੂੰ ਦਿੱਤੇ ਦਾ ਇਮਕਾਨ ਨ ਰਹਿ ਰਸਵਾਈ ਦੇ, ਜੰਗ ਚੜ ਗਈ ਤੇਰੇ ਜਿਗਰ ਉੱਤੇ, ਅੱਗਿਓਂ ਬੋਲੇ ਕਾਮ ਖੁਦਾਈ ਦੇ, ਜਦੋਂ ਤੈਨੂੰ ਸੱਟ ਲੱਗ ਸੀ ਵੱਤ ਪੱਕ ਲੱਗ ਸੀ, ਜਦੋਂ ਚੈਸੇ ਬਾਹਰ ਜੁਦਾਈ ਦੇ। ਜੀ ਪਾਕਿਸਤਾਨ ਜ਼ਿੰਦਾਬਾਦ।